ਤੇ ਉਹਨਾਂ ਨੇ ਕਿਹਾ ਵੀ ਤੁਸੀਂ ਆਪਣਾ ਪਰਸ ਤੇ ਜਿਹੜਾ ਮੋਬਾਈਲ ਆ ਇਹਨੂੰ ਇਹਦੇ ਵਿੱਚ ਦੀ ਕੱਢੋ, ਸਕੈਨਰ ਦੇ ਵਿੱਚ ਦੀ ਇਹਨੂੰ ਰੱਖੋ ਇਹਦੇ 'ਚ। ਇੱਥੋਂ ਜਿਹੜੀ ਆ ਤੂੰ ਤੂੰ ਮੈਂ ਹੋਈ ਆ ਤੇ ਫਿਰ ਇਹ ਗੱਲਬਾਤ ਜਿਹੜੀ ਗਾੜੀ ਵਧੀ। ਕੰਗਣਾ ਰਣੌਤ ਜੀ ਵੱਲੋਂ ਇਹ ਕਿਹਾ ਗਿਆ ਵੀ ਕੌਰ ਖਾਲਿਸਤਾਨੀ, ਕੰਗਣਾ ਰਣੌਤ ਦੇ ਉੱਤੇ ਵੀ ਜਿਹੜੀ ਆ ਉਹ FIR ਜਿਹੜੀ ਹੋਣੀ ਚਾਹੀਦੀ। ਸ਼ੇਰ ਸਿੰਘ ਮੈਂ ਜੋ ਕਿ ਕੁਲਵਿੰਦਰ ਕੌਰ ਦੇ ਬ੍ਰਦਰ ਨੇ, ਸਰ ਕਿਸ ਤਰ੍ਹਾਂ ਦੇਖਦੇ ਹੋ ਜਿਹੜੀ ਇਹ ਸਾਰੀ ਗੱਲਬਾਤ ਹੋਈ ਆ ਔਰ ਇੱਕ ਸੋਸ਼ਲ ਮੀਡੀਆ 'ਤੇ ਜਿਹੜੀ ਇਹ ਗੱਲਬਾਤ ਉੱਠੀ ਕਿ ਜਿਹੜਾ ਥੱਪੜ ਮਾਰਿਆ ਗਿਆ? ਦੇਖੋ ਜੀ, ਗੱਲ ਤਾਂ ਥੱਪੜ ਦੀ ਆਉਂਦੀ ਆ ਬਾਰ ਬਾਰ ਕਿ ਕੰਗਣਾ ਰਣੌਤ ਦੇ ਕੁਲਵਿੰਦਰ ਕੌਰ ਵੱਲੋਂ ਜਿਹੜਾ ਵਾ ਥੱਪੜ ਮਾਰਿਆ ਗਿਆ। ਦਰਅਸਲ ਉਹ ਤੋਂ ਪਹਿਲਾਂ ਜਿਹੜਾ ਵਾ ਉਹਨਾਂ ਦੀ ਉੱਥੇ ਡਿਊਟੀ ਆ ਤੇ ਡਿਊਟੀ 'ਤੇ ਅਫਸਰ ਜਿਹੜਾ ਉਹ ਤੈਨਾਤ ਆ। ਮੰਨ ਲਓ ਵੀ ਜਦੋਂ ਸਾਡੀ ਆਮ ਬੰਦੇ ਦੀ ਜਿਹੜੀ ਆ ਉਹ ਸਾਰੀ ਚੈਕਿੰਗ ਹੁੰਦੀ ਆ ਤੇ ਜਿਹੜੇ ਖਾਸ ਬੰਦੇ ਉਹਨਾਂ ਨੂੰ ਉੱਦਾਂ ਨਹੀਂ ਕੱਢਿਆ ਜਾ ਸਕਦਾ, ਕੀ ਪਤਾ ਲੱਗਦਾ ਕਿ ਕਦੋਂ ਖਾਸ ਬੰਦੇ ਦੀ ਨੀਅਤ ਜਿਹੜੀ ਆ ਉਹ ਬਦਨੀਅਤ ਹੋ ਜੇ, ਉਹਦਾ ਜ਼ਿੰਮੇਵਾਰ ਕੌਣ ਆ? ਇਸੇ ਨੂੰ ਲੈ ਕੇ ਜਦੋਂ ਕੁਲਵਿੰਦਰ ਕੌਰ ਆਪਣੀ ਡਿਊਟੀ 'ਤੇ ਖੜੇ ਆ ਤੇ ਉਹਨਾਂ ਨੇ ਕਿਹਾ ਵੀ ਤੁਸੀਂ ਆਪਣਾ ਪਰਸ ਤੇ ਜਿਹੜਾ ਮੋਬਾਈਲ ਆ ਇਹਨੂੰ ਇਹਦੇ ਵਿੱਚ ਦੀ ਕੱਢੋ, ਸਕੈਨਰ ਦੇ ਵਿੱਚ ਦੀ ਇਹਨੂੰ ਰੱਖੋ ਇਹਦੇ 'ਚ। ਇੱਥੋਂ ਜਿਹੜੀ ਆ ਤੂੰ ਤੂੰ ਮੈਂ ਹੋਈ ਆ ਤੇ ਫਿਰ ਇਹ ਗੱਲਬਾਤ ਜਿਹੜੀ ਗਾੜੀ ਵਧੀ ਆ। ਜੀ, ਗੱਲ ਕਰ ਲਈਏ ਕੁਲਵਿੰਦਰ ਕੌਰ ਹੁਣੀ ਕਦੋਂ ਤੋਂ ਡਿਊਟੀ ਕਰ ਰਹੇ ਨੇ ਔਰ ਉਹਨਾਂ ਦਾ ਕੋਈ ਹੋਰ ਵੀ ਪਰਿਵਾਰਿਕ ਮੈਂਬਰ ਵੀ ਡਿਊਟੀ ਕਰਦੇ ਨੇ? ਦੇਖੋ ਜੀ, ਘੱਟੋ ਘੱਟ 15-16 ਸਾਲ ਤੋਂ ਡਿਊਟੀ ਕਰ ਰਹੇ ਆ। ਉਹਦੇ ਨਾਲ ਨਾਲ ਸਾਡੇ ਮੇਰੇ ਚਾਚੇ ਤਾਏ 5 ਜਿਹੜੇ ਆ ਉਹ ਫੌਜ ਦੇ ਵਿੱਚ ਰਹੇ ਆ, ਕੈਪਟਨ ਰਿਟਾਇਰ ਵੀ ਹੋਏ ਆ, ਸੂਬੇਦਾਰ ਵੀ ਆਏ ਆ, 65 ਔਰ 71 ਦੀ ਲੜਾਈ ਵੀ ਲੜੀ ਆ। ਮੇਰਾ ਦਾਦਾ ਵੀ ਜਿਹੜਾ ਵਾ ਉਹ ਵੀ ਜ਼ਿੰਮੇਦਾਰ ਜਿਹੜਾ ਫੌਜੀ ਆਏ ਆ। ਇਹ ਨਹੀਂ ਗੱਲ ਹੈਗੀ ਵੀ ਸਾਡਾ ਕੋਈ ਪਹਿਲਾ ਜਿਹੜੇ ਆ ਉਹ ਭਰਤੀ ਹੋਏ ਆ ਭੈਣ ਸਾਡੀ, ਇਹ ਤੋਂ ਪਹਿਲਾਂ ਵੀ ਜਿਹੜੇ ਆ ਉਹ ਫੌਜ ਦੇ ਵਿੱਚ ਆਪਣੀਆਂ ਸੇਵਾਵਾਂ ਨਿਭਾ ਚੁੱਕੇ ਆ। ਔਰ ਜਿਵੇਂ ਸੋਸ਼ਲ ਮੀਡੀਆ 'ਤੇ ਚੱਲ ਰਿਹਾ ਕਿ ਖਾਲੀ ਸਿੰਘ ਮਤਲਬ ਹੁਣ ਤੁਹਾਨੂੰ ਵੀਰ ਹੋਣੀ ਵੀ ਵਿਖਾਉਂਦੇ ਸੀ, ਇਹਨੂੰ ਕਿਸ ਤਰ੍ਹਾਂ ਦੇਖਦੇ ਹੋ? ਦੇਖੋ ਜੀ, ਜਿਹੜਾ ਹੁਣ ਜਿਹੜਾ ਗੱਲ ਚੱਲ ਰਹੀ ਆ ਵੀ ਇੱਕ ਅਫਸਰ ਨੇ ਜਿਹੜਾ ਉਹ ਕਿਹਾ ਵਾ ਵੀ ਕੰਗਣਾ ਰਣੌਤ ਜੀ ਵੱਲੋਂ ਇਹ ਕਿਹਾ ਗਿਆ ਵੀ ਕੌਰ ਖਾਲਿਸਤਾਨੀ, ਇਹ ਬਿਲਕੁਲ ਜਿਹੜਾ ਬਿਆਨ ਆ ਇਹ ਦੇਸ਼ ਦੇ ਵਿੱਚ ਜਿਹੜਾ ਵਾ ਭੜਕਾਊ ਬਿਆਨ ਆ, ਇਹ ਦੇਸ਼ ਦੀ ਏਕਤਾ ਤੇ ਖੰਡਤਾ ਨੂੰ ਜਿਹੜਾ ਵਾ ਭੰਗ ਕਰਨ ਵਾਲਾ ਬਿਆਨ ਆ, ਤੇ ਜੇ ਕੰਗਣਾ ਰਣੌਤ ਦੇ ਉੱਤੇ ਵੀ ਜਿਹੜੀ ਆ ਉਹ FIR ਜਿਹੜੀ ਹੋਣੀ ਚਾਹੀਦੀ। ਜੇ ਗੱਲ ਕਰ ਲਈਏ ਤਾਂ ਉਹਨਾਂ ਦੇ ਜਿਹੜੇ ਹਸਬੈਂਡ ਨੇ ਉਹ ਵੀ ਜਿਹੜਾ ਉੱਥੇ ਡਿਊਟੀ ਕਰਦੇ ਨੇ? ਹਾਂਜੀ, ਉਹ ਵੀ ਉੱਥੇ ਡਿਊਟੀ ਕਰਦੇ ਆ, ਉਹਨਾਂ ਨਾਲ ਮੇਰੀ ਕੱਲ ਹੋਈ ਸੀ ਗੱਲ ਤੇ ਠੀਕ ਆ, ਬੱਚੇ ਅਸੀਂ ਜਿਹੜੇ ਉਹ ਲੈ ਜਾਂਦੇ ਆ, ਬੱਚੇ ਸਾਡੇ ਕੋਲ ਆ, ਤੇ ਕੁਲਵਿੰਦਰ ਕੌਰ ਜਿਹੜੀ ਆ ਉਹ ਇਸ ਟਾਈਮ ਆਪਣੇ ਮਹਿਕਮੇ ਦੀ ਜਿਹੜੀ ਕਸਟਡੀ ਦੇ ਵਿੱਚ। ਲਾਸਟ ਗੱਲਬਾਤ ਹੋਈ ਕੁਲਵਿੰਦਰ ਕੌਰ? ਨਹੀਂ ਜੀ, ਮੇਰੀ ਨਹੀਂ ਕੋਈ ਉਹਨਾਂ ਨਾਲ ਐਡੀ ਗੱਲਬਾਤ ਨਹੀਂ ਹੋਈ। ਕੱਲ ਹੋਈ ਸੀ? ਨਹੀਂ, ਕੱਲ ਵੀ ਨਹੀਂ ਹੋਈ, ਮੇਰੀ ਭਾਜੀ ਨਾਲ ਗੱਲ ਹੋਈ ਆ, ਉਹਨਾਂ ਨਾਲ ਨਹੀਂ ਮੇਰੀ ਗੱਲ ਹੋਈ। ਉਹਨਾਂ ਨਾਲ ਕੋਈ ਗੱਲ ਨਹੀਂ ਹੋਈ? ਨਹੀਂ।